ਰੱਬ ਦੇ ਲੋਕ ਮੁਕਾ ਗਏ ਲਾਈਵ ਚੱਲ ਰਿਹਾ ਹੈ ਬਾਹਰੋਂ ਮੈਸੇਜ ਆਉਂਦੇ ਆ ਤੁਹਾਰੇ ਸਾਰੇ ਪਾਸੇ ਇੱਥੇ ਸਾਡੇ ਸਪੀਕਰ ਕੋਲ ਇਹ ਸਭ ਦੇ ਕੋਈ ਨੀ ਕਰੀ ਨਾ ਜੋ ਬੋਲੇ ਸੋ ਮਿਲਦਾ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਅਗਾਹੋਂ ਬਸੰਤਰ ਦਾਸ ਜੀ ਉਹਨਾਂ ਦੇ ਨਾਂ ਤੇ ਬਹੁਤ ਸਾਰਾ ਨਾਮ ਹੈ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਹਾਂ ਲਓ ਜੀ ਇਹ ਉਸ ਵੇਲੇ ਦੀ ਲੱਗਾ ਗੱਲ ਕਰਨ ਜਿਸ ਵੇਲੇ ਰਾਜੇ ਨਾਗਰ ਮੱਲ ਨੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਕਚਹਿਰੀ ਵਿੱਚ ਸੱਦਿਆ ਤੇ ਉੱਥੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਜਾਤਾਂ ਪਾਤਾਂ ਦੇ ਬਾਰੇ ਸਵਾਲ ਪੁੱਛੇ ਗਏ ਕਿ ਤਨ ਤੇ ਧੋਤੀ ਲਾਉਣੀ, ਗਲ ਵਿੱਚ ਜੰਜੂ ਪਾਉਣਾ, ਮੱਥੇ ਤੇ ਤਿਲਕ ਲਗਾਉਣਾ, ਸਵੇਰੇ ਉੱਠ ਕੇ ਸੰਖ ਵਜਾਉਣਾ, ਤੁਹਾਨੂੰ ਕੀ ਹੱਕ ਹੈ, ਤੁਸੀਂ ਜਾਤ ਦੇ ਚਮਾਰ ਹੋ? ਤਾਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਪ੍ਰਯੋਗ ਕੀਤਾ, ਮੈਂ ਸੋਨਾ ਦੇ ਜ਼ਰੀਏ ਪੇਸ਼ ਕਰ ਰਿਹਾ। ਰਾਜੇ ਨਾਗਰ ਮੱਲ ਦੀ ਕਚਹਿਰੀ ਚ ਗੁਰੂ ਰਵਿਦਾਸ ਮਹਾਰਾਜ ਜੀ ਕਹਿ ਰਹੇ ਆ ਗੁਰੂ ਰਵਿਦਾਸ ਜੀ ਕਚਹਿਰੀ ਵਿੱਚ ਕਹਿਣ ਲੱਗੇ ਸੱਚ ਝੂਠ ਦਾ ਕਰਾਂਗਾ ਨਤਾਰ ਲੋਕੋ ਇੱਕ ਜੰਜੂ ਦੀ ਕੀ ਤੁਸੀਂ ਗੱਲ ਕਰਦੇ ਆ ਨਾ ਚੁੱਕ ਨਾ ਜੁਗਾਂ ਦੇ ਜੰਜੂ ਗੁਰੂ ਰਵਿਦਾਸ ਜੀ ਕਚਹਿਰੀ ਵਿੱਚ ਕਹਿਣ ਲੱਗੇ ਸੱਚ ਝੂਠ ਦਾ ਕਰਾਂਗਾ ਨਤਾਰ ਇੱਕ ਜੰਜੂ ਦੀ ਕੀ ਤੁਸੀਂ ਗੱਲ ਕਰਦੇ ਆ ਨਾ ਚੁੱਕ ਨਾ ਚੁੱਕ ਜੰਜੂ ਚਾਰ ਲੋਕੋ ਪੱਥਰੀ ਤਾਰ ਨੇ ਤੁਸੀਂ ਮਜਬੂਰ ਕੀਤਾ ਦਿੱਤੀ ਪੱਥਰੀ ਵੀ ਗੰਗਾ ਉੱਤੇ ਤਾਰ ਲੋਕੋ
ਵੱਧ ਜ਼ੁਲਮਾਂ ਨੂੰ ਵੇਖ ਧਰਤੀ ਰੋਣ ਲੱਗੀ, ਲੈਣਾ ਪੈ ਗਿਆ ਏ ਸਾਨੂੰ ਅਵਤਾਰ ਲੋਕੋ। ਉਦੋਂ ਮਹਾਰਾਜ ਜੀ ਕਹਿਣ ਲੱਗੇ, ਚੱਚਾ ਚੰਮ ਹੁੰਦਾ, ਕਹਿੰਦੇ ਜਿਹਨੂੰ ਤੁਸੀਂ ਚਮਾਰ ਕਹਿੰਦੇ ਹੋ ਇਹ ਬਣਿਆ ਕਿੱਦਾਂ? ਚੱਚਾ ਚੰਮ ਹੁੰਦਾ, ਕਹਿੰਦੇ ਮੇਰੇ ਵੀ ਲੱਗਾ ਤੇ ਤੁਹਾਡੇ ਵੀ ਲੱਗਾ। ਚੱਚਾ ਚੰਮ ਹੁੰਦਾ, ਮੰਮਾ ਮਾਸ ਹੁੰਦਾ, ਕਹਿੰਦੇ ਮੇਰੇ ਅੰਦਰ ਵੀ ਮਾਸ ਉਹੀ ਆ ਤੇ ਤੁਹਾਡੇ ਅੰਦਰ ਵੀ ਮਾਸ ਉਹੀ ਆ। ਚੱਚਾ ਚੰਮ ਹੁੰਦਾ, ਮੰਮਾ ਮਾਸ ਹੁੰਦਾ, ਉਹ ਨਾੜੀਆਂ ਹੈ ਜਿਹੜਾ ਕੰਨਾ ਲਾਇਆ, ਰਾਰਾ ਰੱਤ ਹੁੰਦਾ ਜਿਹਨੂੰ ਖੂਨ ਕਹਿੰਦੇ, ਇਹਦਾ ਬਣਦਾ ਹੈ ਚੱਚਾ ਮੰਮੇ ਨੂੰ ਕੰਨਾ ਰਾਰਾ ਚਮਾਰ ਲੱਗੋ। ਉਹ ਤੁਸੀਂ ਇਹਨੂੰ ਜਾਤ ਕਹਿੰਦੇ ਹੋ, ਤੁਸੀਂ ਇਹਨੂੰ ਜਾਤ ਕਹਿੰਦੇ ਆ। ਇੱਥੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਹਿ ਦਿੱਤਾ, ਇੱਥੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਹਿ ਦਿੱਤਾ, ਕਹਿੰਦੇ ਕਿ ਜਿਹੜਾ ਬੰਦਾ ਦੁਨੀਆਂ 'ਚ ਜਨਮ ਧਾਰ ਕੇ ਆ ਉਹ ਬੰਦਾ ਚੰਮ ਦਾ ਬਣਿਆ ਆ, ਸਾਰੀ ਦੁਨੀਆਂ ਹੀ ਚਮਾਰ ਆ। ਚਿੱਟਾ ਚੰਮ ਹੁੰਦਾ, ਮੇਰੇ ਵੀ ਲੱਗਾ ਤੁਹਾਡੇ ਵੀ ਲੱਗਾ, ਰੌਲਾ ਪਾਤਾ ਕਿ ਕੈਦਾਂ ਦੇ ਕਰਤੀ ਕਾਲੀ ਸੱਤ ਮੁੜ ਕੇ ਨਹੀਂ ਆਏ, ਲਾਓ ਜਦੋਂ ਤਾਣੀ ਬਣ ਕੇ। ਚਿੱਟਾ ਚੰਮ ਹੁੰਦਾ, ਮੰਮਾ ਮਾਸ ਹੁੰਦਾ, ਉਹ ਨਾੜੀਆਂ ਹੈ ਜਿਹੜਾ ਕੰਨਾ ਲਾਇਆ, ਰਾਰਾ ਰੱਤ ਹੁੰਦਾ ਜਿਹਨੂੰ ਖੂਨ ਕਹਿੰਦੇ, ਏਦਾਂ ਬਣਦਾ ਹੈ ਚਿੱਟਾ ਮੰਮੇ ਨੂੰ ਕੰਨਾ ਰਾਰਾ ਚਮਾਰ ਲੋਕੋ। ਵੀ ਜੇ ਹੰਸੀ ਹੈ ਕਲਾਕਾਰੀ ਪਰਮਾਤਮਾ ਦੀ, ਇੱਥੇ ਸਾਰਿਆਂ ਨੂੰ ਕਰੋ ਤੁਸੀਂ ਪਿਆਰ।
ਇਹ ਤਾਂ
ਪਿਛੜਾਂਗੇ ਜਨਮ ਲੈ ਕੇ ਫਿਰ ਆ ਜਾ ਹੁਣ ਕਦੀ ਵੀ ਨਾ ਪਿਛੜਾਂਗੇ ਜਨਮ ਲੈ ਕੇ ਫਿਰ ਆ ਜਾ ਹੁਣ ਕਦੀ ਵੀ ਨਾ ਪਿਛੜਾਂਗੇ।
ਚੰਨੀ ਭਾਜੀ ਦੇ ਵੀ ਨਾਂ ਤੇ ਤਾੜੀਆਂ ਲਾਓ ਜਿਨ੍ਹਾਂ ਨੇ ਲਾਈਟਾਂ ਦੇ ਨਾਲ ਚੰਨੀ ਲਾਈਟ ਇਹਨਾਂ ਵੱਲੋਂ ਸੰਤ ਨਰਾਇਣ ਦਾਸ ਮਹਾਰਾਜ ਜੀ ਦੀ ਬਰਸੀ ਦੀਆਂ ਲੱਖ ਲੱਖ ਮੁਬਾਰਕਾਂ ਸਾਰੀ ਸੰਗਤਾਂ ਨੂੰ। ਤਾੜੀਆਂ ਲਾਓ ਇੱਕ ਵਾਰੀ ਜਿਹੜਾ ਕਰਕੇ ਤੇ ਸਾਡੇ ਬੱਗਾ ਭਾਜੀ ਵੱਲੋਂ ਵੀ ਲੈ ਲਓ ਵਧਾਈਆਂ। ਤਾੜੀਆਂ ਲਾਓ ਜਿਹੜਾ ਇਹਨਾਂ ਦੇ ਵੀ ਨਾਮ ਦੇ, ਇਹਨਾਂ ਦੇ ਮੇਲ ਹੁੰਦੇ ਹੀ ਰਹਿੰਦੇ ਆ ਤੇ ਮਾਲਕ ਸਾਰਿਆਂ ਨੂੰ। ਉਹ ਜਿਹਨਾਂ ਹਲਵਾਈਆਂ ਨੇ ਲੰਗਰ ਤਿਆਰ ਕੀਤਾ ਉਹਨਾਂ ਨੇ ਵੀ ਤਾੜੀਆਂ ਲਾਓ ਯਾਰ। ਅੱਛਾ, ਜਲੰਧਰ ਤੋਂ ਡਾਕਟਰ ਸਾਹਿਬ ਜੀ ਹਰਸ਼ਪ੍ਰੀਤ ਜੀ ਉਹਨਾਂ ਵੱਲੋਂ ਵੀ ਬਹੁਤ ਬਹੁਤ ਵਧਾਈਆਂ। ਮਹਾਰਾਜ ਤਰੱਕੀਆਂ ਬਖਸ਼ੇ, ਸਾਰਿਆਂ ਦੇ ਖੁੱਲ੍ਹੇ ਖਜ਼ਾਨੇ ਬਖਸ਼ੇ ਅਤੇ ਭਰੇ ਰੱਖੇ, ਦਾਤਾ ਰਹਿਮਤਾ ਰੱਖੇ, ਚੜ੍ਹਦੀ ਕਲਾ ਬਖਸ਼ੀ। ਤੇ ਹੁਣ ਮੈਨੂੰ ਕਿੱਦਾਂ ਜੀ ਛੁੱਟੀਆਂ ਇਜਾਜ਼ਤ? ਭਾਈਆਂ ਨੂੰ ਤਾਂ ਲੱਗ ਵੀ ਗਈ। ਹਾਂਜੀ, ਸਰਬੰਸ ਵਾਰਿਆ ਉਹ ਚਾਰੇ ਪੁੱਤ ਵਾਰ ਕੇ ਬਾਜਾਂ ਵਾਲਾ ਮਾਹੀ ਕਹਿੰਦਾ ਮੇਰੀ ਮੇਰੇ ਚਾਰ ਪੁੱਤ। ਲੋਕੀ ਕਹਿੰਦੇ ਮਹਾਰਾਜ ਤੁਸੀਂ ਚਾਰ ਪੁੱਤ ਵਾਰ ਦਿੱਤੇ। ਕਹਿੰਦੇ ਮੈਂ ਚਾਰ ਵਾਰ ਤੇ ਮੇਰੇ ਲੱਖਾਂ ਵੱਜ ਵੀ ਗਏ ਆ। ਲਾਓ ਜ਼ਰਾ ਤਾੜੀ ਗੋਬਿੰਦ ਸਿੰਘ ਮਹਾਰਾਜ ਜੀ ਦਾ। ਬਾਕੀ ਦੱਸੋ ਭਾਜੀ ਹੁਣ ਆਪਾਂ ਕਿੱਦਾਂ ਛੁੱਟੀ? ਇੱਕ ਹੋਰ ਸੁਣਾ ਦੀ। ਅੱਛਾ ਜੀ, ਠੀਕ ਹੈ। ਕਿਹੜਾ ਸਾਹਿਬ ਭਾਜੀ ਨੇ
ਚੜਦੇ ਸੂਰਜ ਨੇ ਜਦੋਂ ਕਿਰਨ ਮਾਰੀ ਹਨੇਰਿਆਂ ਭੈਰ ਨਹੀਂ ਅੜੇ ਰਹਿਣੇ ਹੁਣ ਤੇ ਜਾਗ ਇਨ ਕਲਾਵਿਆਂ ਨੇ ਜਾਣ ਜਵਾਨ ਹੋਇਆ ਵੇ ਮੁੰਡੇ ਇਨ ਕਲਾਵਿਆਂ ਨੇ ਜਾਣ ਜਵਾਨ ਹੋਇਆ ਲੋਕੋ ਨਹੀਂ ਪਟਾਰੀਆਂ ਸੱਪ ਤਣੇ ਰਹਿਣੇ ਗੁਰੂ ਰਵਿਦਾਸ ਤੇ ਬਾਲਾ ਸਾਹਿਬ ਨੂੰ ਮੰਨਣ ਵਾਲੇ ਉਹ ਬੰਦੇ ਸਦਾ ਲਈ ਉਹ ਬੰਦੇ ਸਦਾ ਲਈ ਇਹ ਗੱਲ ਬੀਬੀਆਂ ਤੋਂ ਸ਼ੁਰੂ ਹੋ ਜਾਂਦੀ ਹੈ ਉੱਥੇ ਪੁਰਾਣੇ ਇੱਕ ਤਾਂਤਰਿਕ ਬਾਬਾ ਆਇਆ ਤੇਰੇ ਨੱਚਦੇ ਡੰਡਾਂ ਵਾਲਾ ਪੱਥਰੀ ਨਿਕਲ ਜਾਂਦੇ ਆ ਜਿਹੜਾ ਬੰਦਾ ਪੱਥਰੀ ਵਾਲੇ ਨੂੰ ਭੁੱਲ ਗਿਆ ਉਹਦਾ ਤਾਂ ਪੈਣੀ ਪੈਣੀ ਮੈਂ ਕੁਛ ਲੈਣਾ ਇੱਦਾਂ ਦਾ ਦੇ ਕੇ ਜਾਵਾਂ ਫਿਰ ਤੂੰ ਮੇਰੀ ਆਦਤ ਹੈ ਪੱਥਰੀ ਨਿਕਲ ਜਾਂਦੀ ਹੈ ਜ਼ਿੰਦਗੀ ਚ ਕਦੀ ਪੱਥਰੀ ਨਹੀਂ ਪਾਉਂਦੀ ਮੈਂ ਇਸ ਕਰਕੇ ਹੋਕਾ ਦਿੱਤਾ ਸੀ ਆਪਣੇ ਗੁਰੂ ਨੂੰ ਭੁੱਲਿਆ ਨਾ ਹੋਰ ਕਿਸੇ ਤੇ ਭੁੱਲਿਆ
ਗੁਰੂ ਰਵਿਦਾਸ ਹੈ ਸਾਡਾ ਜੈ ਜੈਕਾਰ ਬੁਲਾਵਾ ਆਪਣੇ ਗੁਰੂ ਨੂੰ ਤਾਂ ਜਦੋਂ ਇਸ ਗੱਲ ਦਾ ਰਾਜੇ ਬੈਂਸ ਸਿੰਘ ਨੂੰ ਪਤਾ ਲੱਗਾ
ਤਾਂ ਨੱਠਾ ਨੱਠਾ ਆਇਆ। ਜਦੋਂ ਸ਼ਕਤੀ ਵੇਖੀ ਤਾਂ ਆ ਕੇ ਪੈਰਾਂ ਦੇ ਵਿੱਚ ਗਿਰ ਗਿਆ। ਕਹਿੰਦਾ ਮਹਾਰਾਜ ਮੈਨੂੰ ਮਾਫ਼ੀ ਦਿਓ, ਮੈਨੂੰ ਨਹੀਂ ਪਤਾ ਤੁਸੀਂ ਆਪ ਖੁਦ ਰੱਬ। ਉਹ ਕਹਿੰਦਾ ਮੈਨੂੰ ਸੱਚੇ ਪਾਤਸ਼ਾਹ ਮਾਫ਼ ਕਰੋ। ਤਾਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਉਹਦੇ ਸਿਰ ਤੇ ਹੱਥ ਰੱਖ ਕੇ ਤਾਂ ਉਹਨੂੰ ਨਾਮਦਾਨ ਦੀ ਪ੍ਰਾਪਤੀ ਹੋਈ। ਤਾਂ ਇੱਕ ਨੱਤ ਪਾਰ ਪਿੰਡ ਦੇ ਵਾਸੀਆਂ ਨੇ ਅਰਦਾਸਾਂ ਕੀਤੀਆਂ ਕਿ ਇੱਥੇ ਪਾਣੀ ਦਾ ਨਿਕਾਸ ਨਹੀਂ ਹੈ ਮਹਾਰਾਜ। ਤਾਂ ਗੁਰੂ ਰਵਿਦਾਸ ਮਹਾਰਾਜ ਜੀ ਥੋੜਾ ਜਿਹਾ ਥੱਲੇ ਖੰਡ ਚੁੱਕਰੇ, ਉੱਥੇ ਵੱਡਾ ਸਾਰਾ ਪੱਥਰ ਪਿਆ ਸੀ। ਸੱਜੇ ਪੈਰ ਦੇ ਅੰਗੂਠੇ ਨਾਲ ਉੱਥੋਂ ਗੰਗਾ ਪ੍ਰਗਟ ਹੋ ਗਈ। ਇੱਕ ਵਾਰੀ ਜਕਾਰਾ ਲਾ ਦਿਓ ਸੰਗਤ ਦੇ ਵਿੱਚ, ਕੋਈ ਵੀ ਜਕਾਰਾ ਲਾ ਦਿਓ ਸੰਗਤ ਚੋਂ। ਜਦੋਂ ਗੰਗਾ ਦੇ ਫੁਹਾਰੇ ਚੱਲ ਪਏ, ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਜੈਕਾਰ ਹੋਣ ਲੱਗੀ, ਤਾਂ ਉਸ ਵੇਲੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਹ ਗੱਲ ਕਹਿ ਦਿੱਤੀ, ਕਹਿੰਦੇ ਅੱਜ ਤੋਂ ਬਾਅਦ ਨਾ ਕਦੀ ਇੱਥੇ ਅੰਨ ਮੁੱਕੇਗਾ ਤੇ ਨਾ ਕਦੀ ਜਲ ਸੁੱਕੇਗਾ। ਇਸ ਕਰਕੇ ਪੰਜਾਬ ਦੇ ਵਿੱਚ ਬੜੀ ਮਿਹਰ ਆ ਸਤਿਗੁਰਾਂ ਦੀ। ਇਹ ਸਾਡੇ ਘਰ ਜਿਹੜਾ ਆਟਾ ਗੁੱਜਦਾ ਹੈ ਉਹ ਬੀਬੀ ਉਹ ਗੁੱਜਦਾ, ਇੱਥੋਂ ਸਹੁੰ ਖਾ ਕੇ ਜਾਇਓ। ਜਿਹਨੇ ਵੀ ਆਟਾ ਗੁੰਨਣਾ ਗੁਰੂ ਜੀ ਦਾ ਨਾਮ ਜਪ ਕੇ ਗੁੰਨਣਾ, ਤੁਹਾਡੇ ਦੁੱਖ ਦੂਰ ਹੋਣਗੇ, ਤੁਹਾਡੇ ਬੱਚਿਆਂ ਦੇ ਵੀ ਦੁੱਖ ਦੂਰ ਹੋਣਗੇ। ਮੇਰਾ ਗਾਉਣਾ ਨੀ, ਮੇਰੀਆਂ ਬੇਨਤੀਆਂ ਬੀਬੀਆਂ ਨੂੰ ਵੀ ਬੇਨਤੀ ਮੇਰੀ ਰੋਟੀ ਜਦੋਂ ਪਕਾਉਣੀ ਆ 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 ਧੰਨ ਧੰਨ ਗੁਰੂ ਰਵਿਦਾਸ ਜੀ ਕਹਿ ਕੇ ਫੇਰ ਤਵੇ ਤੇ ਪਾਉਣੀ ਆ ਫੇਰ ਤਵੇ ਤੇ ਪਾਉਣੀ ਆ ਫੇਰ ਤਵੇ ਤੇ ਭੋਗ ਤਵਾਰੇ ਸਤ ਨਾਮ ਹਰ ਭੋਗ ਤਵਾਰੇ ਕਹਿ ਕੇ ਰੋਟੀ ਖਾਵਾ ਆਪਣੇ ਗੁਰੂ ਨੂੰ ਭੁੱਲਿਓ ਨਾ ਹੋਰ ਕਿਸੇ ਤੇ ਭੁੱਲਿਓ ਨਾ ਨਹੀਂ ਆਪਣੇ ਗੁਰੂ ਨੂੰ ਭੁੱਲਿਓ ਨਾ ਹੋਰ ਕਿਸੇ ਤੇ ਭੁੱਲਿਓ ਨਾ ਬੱਚਿਆਂ ਦਾ ਜਪ ਕਰਨਾ ਹੋਵੇ ਮੰਗਣਾ ਪਾਠ ਬੁਲਾਉਂਦਾ ਜਿਹੜਾ ਮੇਰਾ ਭਰਾ
ਆਪਣੀ ਫੋਟੀ ਦੇ ਕੋਲ ਕੰਗਣਾ ਖਿਲਾਊਗਾ ਨਾ, ਗੁਰੂ ਰਵਿਦਾਸ ਮਹਾਰਾਜ ਜੀ ਦਾ ਨਾਮ ਲੈ ਕੇ ਉਹਨਾਂ ਦੀ ਜ਼ਿੰਦਗੀ 'ਚ ਕਦੀ ਲੜਾਈ ਨਹੀਂ ਹੋਈ, ਨਹੀਂ ਹੋਈ ਕਦੇ ਲੜਾਈ। ਗਰੀਬ ਨਵਾਜ ਗੁਸਈਆਂ ਕਹਿ ਕੇ ਫੇਰ ਖਲਾਇਓ ਕੰਗਣਾ ਮੁੰਡਿਆ, ਬੀਜੇ ਹੰਸੇ ਪਾਠ ਗੁਰਾਂਦਾ, ਬੀਜੇ ਹੰਸੇ ਪਾਠ ਗੁਰਾਂਦਾ, ਬੀਜੇ ਹੰਸੇ ਪਾਠ ਗੁਰਾਂਦਾ, ਪਹਿਲਾਂ ਘਰ ਕਰਵਾਓ ਆਪਣੇ ਗੁਰੂ ਨੂੰ ਭੁੱਲਿਆ। ਹੁਣ ਆਪਾਂ ਇੱਧਰੋਂ ਸੁਣ ਲਈ, ਆਪਣੇ ਗੁਰੂ ਨੂੰ ਭੁੱਲਿਓ ਨਾ, ਹੋਰ ਕਿਸੇ ਨੇ ਭੁੱਲਿਓ ਨਾ, ਤੁਹਾਡੀ ਕੋਈ ਲੋੜ ਨਹੀਂ ਬਹਿ ਜਾਓ, ਆਪਣੇ ਗੁਰੂ ਨੂੰ ਭੁੱਲਿਓ ਨਾ, ਹੋਰ ਕਿਸੇ ਤੇ ਢੁੱਲਿਓ ਨਾ, ਰੱਬ ਗੁਰੂ ਰਵਿਦਾਸ ਹੈ ਸਾਡਾ, 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 ਜੈ ਜੈ ਕਾਰ ਬੁਲਾਵੋ ਗੁਰੂ ਰਵਿਦਾਸ ਕਹਿੰਦੇ ਮੈਨੂੰ ਪਿਆਰ ਕਰਦਾ।
ਸੇਵਕਾਂ ਦੀ ਵਾਰੀ ਆ ਗਈ ਰਾਜਾ ਸਟੇਨ ਤੋਂ ਬਹੁਤ ਸਾਰਾ ਨਾਮ ਆਸ਼ੀਰਵਾਦ ਦੇ ਕੇ ਗਏ ਨੇ, ਮੈਂ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ। ਇੱਕ ਵਾਰੀ ਤਾੜੀਆਂ ਲਾਇਆ ਇਹਨਾਂ ਦੇ ਭਰਾਵਾਂ ਦੇ ਨਾਮ 'ਤੇ। ਹਾਂਜੀ ਭਾਜੀ, ਹੁਣ ਕੀ ਹੁਕਮ ਆ ਜੀ? ਐਸੀ ਲਾਲ, ਐਸੀ ਲਾਲ, ਐਸੀ ਲਾਲ, ਵਾਹ ਵਾਹ, ਠੰਡਾ ਹੋਇਆ ਸਹੀ ਹੈ। ਕਹਿੰਦੇ ਮੌਸਮ ਵੀ ਠੰਡਾ ਹੀ ਆ ਗਿਆ। ਕਹਿੰਦੇ ਐਸੀ ਲਾਲ ਤੁਝ ਵੀ ਨਕਾਉਣ ਕਰੇ, ਗਰੀਬ ਨਵਾਜ ਗੁੱਸੀਆਂ ਮੇਰਾ ਮਾਥੇ ਸ਼ਕਲ ਕਰੇ। ਕਹਿੰਦੇ ਇੱਕ ਵਾਰੀ ਫਿਰ ਸ਼ਬਦ ਦੁਬਾਰਾ ਸੁਣਾ ਦਿਓ, ਜਿਹਨਾਂ ਜਿਹਨਾਂ ਨੇ ਸੁਣਨਾ ਹੱਥ ਖੜੇ ਕਰੇ। ਜਦੋਂ ਕਹਿੰਦੇ ਮਾਵਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ, ਆਪਣੇ ਆਪਣੇ ਮੰਮੀ ਡੈਡੀ ਦੇ ਨਾਮ 'ਤੇ ਤਾੜੀਆਂ ਲਾਓ ਯਾਰ। ਸਭ ਤੋਂ ਪਹਿਲਾਂ ਸਾਡੇ ਇਹੀ ਗੁਰੂ ਆ, ਜਦੋਂ ਇਹਨਾਂ ਦਾ ਸਾਨੂੰ ਆਸ਼ੀਰਵਾਦ ਮਿਲ ਜਾਂਦਾ ਫਿਰ ਇਹ ਗੱਲ ਸ਼ੁਰੂ ਹੁੰਦੀ ਤੇ ਫਿਰ ਇਹ ਜਾ ਕੇ ਇਹ ਗੱਲ ਮਿਲ ਪੈਂਦੇ ਆ। ਇਹ ਸਾਡੇ ਮਾਂ ਪਿਓ, ਸਾਡੇ ਗੁਰੂ ਆ ਇਹਨਾਂ ਦਾ, ਚਾਹੇ ਬੱਚਾ ਜਿੱਥੇ ਵੀ ਮਰਜ਼ੀ ਪਹੁੰਚ ਜਾਵੇ ਮਾਂ ਪਿਓ ਦਾ ਲੇਖਾ ਨਹੀਂ ਕਦੀ ਦੇ ਸਕਦਾ, ਕਿਉਂਕਿ ਮਾਵਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ। ਮਾਂ ਦੇ ਪੈਰਾਂ 'ਚ ਜੰਨਤ ਹੁੰਦੀ ਤਾਂ ਪਿਓ ਦੇ ਸਿਰ 'ਤੇ ਤਾਜ ਹੁੰਦਾ। ਤਾਜ ਕਿੱਥੇ ਹੁੰਦਾ? ਇੱਕ ਸਿਰ 'ਤੇ ਹੁੰਦਾ। ਅਤੇ ਜਦੋਂ ਸਾਡੇ ਸਤਿਗੁਰੂ ਜਿਹੜਾ ਪੂਰਨ ਸੰਤ ਹੈ, ਜਿਹੜਾ ਪੂਰਨ ਗੁਰੂ ਹੈ, ਜਦੋਂ ਨਾਮ ਦਾਨ ਦਿੰਦਾ ਆ, ਜਦੋਂ ਨਾਮ ਦਾਨ ਦਿੰਦੇ ਆ ਤਾਂ ਗੱਲ ਇੱਥੋਂ ਸ਼ੁਰੂ ਹੁੰਦੀ ਹੈ, ਇੱਥੋਂ ਸ਼ੁਰੂ ਹੁੰਦੀ ਆ ਗੱਲ, ਜਿੱਥੇ ਤਾਜ ਰੱਖਿਆ ਜਾਂਦਾ ਇੱਥੇ ਦਸਵਾਂ ਨੇਤਰ ਹੈ। ਜਦੋਂ ਇੱਥੇ ਪ੍ਰਕਾਸ਼ ਹੁੰਦਾ ਫਿਰ ਅੰਦਰੋਂ ਉਹ ਅਨਹਦ ਸ਼ਬਦ ਚੱਲਦਾ। ਜਿਹੜੇ ਬੰਦੇ ਨਾਮ ਨਾਲ ਜੁੜੇ ਆ ਉਹ ਬੰਦੇ ਸਮਝਦੇ ਇਸ ਗੱਲ। ਐਵੇਂ ਨਹੀਂ ਬੰਦਾ ਕਹਿੰਦਾ ਅੱਲਾਹੂ ਦਾ ਵਾਜਾ ਆਵੇ ਕੁਲੀ ਨਹੀਂ ਫਕੀਰ ਦੇ ਵਿੱਚ, ਉਹ ਜਦੋਂ ਜੇ ਜਿਹਨੇ ਦੇਖਿਆ ਹੋਵੇ ਉਹੀ ਉਹ ਗੁਣ ਗਾਉਂਦਾ ਹੁੰਦਾ। ਹਜ਼ੂਰ ਇਹ ਸੰਤ ਮਹਾਂਪੁਰਸ਼ਾਂ ਨੇ ਦੇਖਿਆ ਕਰਕੇ ਤਾਂ ਹੀ ਉਹ ਰੌਲਾ ਪਾ ਪਾ ਕੇ ਕਹਿੰਦੇ ਉਹ ਜੁੜ ਜਾਓ ਉਹਦੇ ਨਾਮ ਦੇ ਨਾਲ ਜੁੜ ਜਾਓ। ਇੱਕ ਬੰਦਾ ਝਾੜੂ ਲਾ ਰਿਹਾ ਤਾਂ ਰਾਜਾ ਆਪਣੇ ਬਾਗਾਂ ਦੀ ਸੈਰ ਕਰਦਾ ਕਰਦਾ ਆ ਗਿਆ ਉਹਦੇ ਕੋਲ। ਕਹਿੰਦਾ ਵਜ਼ੀਰਾ ਉਹਦੇ ਤਨ 'ਤੇ ਪਾਟੀਆਂ ਲੀਨਾ, ਮੇਰੇ ਤਨ 'ਤੇ ਸੋਨੇ ਦੇ ਸ਼ਸਤਰ ਬਸਤਰ, ਉਹ ਇਹਨੂੰ ਸੋਨੇ ਦਾ ਥਾਲ ਦੇ ਦੇ। ਉਹਨੇ ਰਾਜੇ ਨੇ ਇਹਨੂੰ ਸੋਨੇ ਦਾ ਥਾਲ ਦਿੱਤਾ ਵੀ ਇਹਦੀ ਜ਼ਿੰਦਗੀ ਸੁਧਰ ਜਾਏਗੀ, ਇਹਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ। ਜਦੋਂ 2-3 ਮਹੀਨੇ ਹੋਏ ਰਾਜਾ ਆਪਣੇ ਮਹਿਲਾਂ ਨੂੰ ਚੱਲ ਗਿਆ। ਜਦੋਂ 2-3 ਮਹੀਨੇ ਹੋਏ ਰਾਜਾ ਕਹਿੰਦਾ ਚੱਲ ਉਹ ਬੰਦੇ ਦਾ ਹਾਲ ਵੇਖਣ ਚੱਲੀਏ ਵਜ਼ੀਰਾ।
ਜਦੋਂ ਵਜ਼ੀਰ ਨੂੰ ਲੈ ਕੇ ਰਾਜਾ ਉੱਥੇ ਗਿਆ, ਬੰਦਾ ਉਹਦੇ ਤਨ ਤੇ ਪਾਠੀਆਂ ਲੀਰਾਂ ਤਾਂ ਫਿਰ ਦੁਬਾਰਾ ਝਾੜੂ ਲਾ ਰਿਹਾ। ਉਹ ਕਹਿੰਦਾ ਤੈਨੂੰ ਸੋਨੇ ਦਾ ਥਾਲ ਦਿੱਤਾ ਹੈ, ਕਹਿੰਦਾ ਤੁਸੀਂ ਤਾਂ ਕੰਮੇ ਬੜਾ ਸੌਖਾ ਕੀਤਾ। ਕਹਿੰਦਾ ਉਹ ਕਿੱਦਾਂ? ਕਹਿੰਦਾ ਉੱਥੇ ਕੂੜਾ ਪਾ ਪਾ ਕੇ ਸੁੱਟ ਗਿਆ। ਉਹ ਕਹਿੰਦਾ ਉਹ ਸਦਾਈਆ ਤੈਨੂੰ ਦਿੱਤਾ ਸੀ, ਤੇਰੀ ਜ਼ਿੰਦਗੀ ਸੁਧਰ ਜਾਏਗੀ, ਤੂੰ ਇਹ ਕੀ ਕੀਤਾ? ਰਾਜੇ ਨੇ ਗੁੱਸੇ ਦੇ ਨਾਲ ਉਹਦੇ ਕੋਲ ਥਾਲ ਖੋਲ੍ਹਿਆ। ਸਾਧ ਸੰਗਤ ਜੀ, ਇੱਦਾਂ ਉਹ ਰੱਬ ਨੇ ਸਾਨੂੰ ਇਹ ਸੋਨੇ ਦਾ ਥਾਲ ਦਿੱਤਾ ਹੈ, ਜਦੋਂ ਉਹਨੇ ਗੁੱਸੇ ਨਾਲ ਖੋਲ੍ਹਿਆ ਫਿਰ ਮੁੜ ਕੇ ਨਹੀਂ ਮਿਲਣਾ, ਮੁੜ ਕੇ ਨਹੀਂ ਮਿਲਣਾ। ਕਹਿੰਦਾ ਹੱਟ ਵਿਕਦੇ ਪਸ਼ੂਆਂ ਦੇ ਤੇਰਾ ਹੱਟ ਕੰਮ ਨਹੀਂ ਆਉਣਾ, ਉਹ ਚੰਮ ਵਿਕਦੇ ਪਸ਼ੂਆਂ ਦੇ ਤੇਰਾ ਚੰਮ ਵੀ ਕੰਮ ਨਹੀਂ ਆਉਣਾ। ਦੁਨੀਆਂ ਵਾਲਿਓ, ਉਸ ਕੋਲੋਂ ਡਰ ਕੇ ਰਹਿਣਾ ਚਾਹੀਦਾ, ਦਿਨਾਂ ਦੇ ਵਿੱਚ ਪਿਆਰ ਹੋਣਾ ਚਾਹੀਦਾ। ਸਾਧ ਸੰਗਤ ਜੀ, ਗਲੇ ਦੇ ਗਲੇ ਵਿੱਚ ਹੀਰਾ ਲੰਘਦਾ ਪਰ ਗਲੇ ਵਾਲੇ ਨੂੰ ਨਹੀਂ ਪਤਾ ਕੀ ਚੀਜ਼ ਆ। ਉਹ ਕਿਤੇ ਬੇੜੀਆਂ ਚਲਾਉਣ ਵਾਲੇ ਨੇ ਵੇਖ ਲਿਆ, ਪਤਾ ਉਹਨੂੰ ਵੀ ਨਹੀਂ ਲੱਗਾ ਕੀ ਚੀਜ਼ ਆ। ਉਹਨੇ ਬੇੜੀ ਦੇ ਅੱਗੇ ਲਟਕਾ ਲਿਆ, ਯਾਤਰੀ ਆਈ ਗਏ ਜਾਈ ਗਏ ਆਈ ਗਏ। ਉਸ ਬੇੜੀ 'ਚ ਕਿਤੇ ਯੋਹਰੀ ਆ ਕੇ ਬਹਿ ਗਿਆ ਜਿਹਨੂੰ ਹੀਰੇ ਦੀ ਪਰਖ ਸੀ। ਉਹ ਕਹਿੰਦਾ ਉਹ ਕਿੰਨੇ ਦੀ ਲਈ? ਉਹ ਇਹ ਚੀਜ਼ ਕਿੰਨੇ ਦੀ ਲਈ? ਕਹਿੰਦਾ 200 ਦੀ। ਕਹਿੰਦਾ 300 ਦਾ ਹੀਰਾ ਦੇ ਦੇ। ਯੋਹਰੀ 300 ਦਾ ਹੀਰਾ ਖਰੀਦ ਕੇ ਆਪਣੇ ਘਰ ਲੈ ਗਿਆ। ਜਦੋਂ ਘਰ ਲਈ ਆ ਕੇ ਹੀਰਾ ਰੱਖਿਆ, ਹੀਰਾ ਫਟ ਗਿਆ, ਹੀਰੇ 'ਚੋਂ ਆਵਾਜ਼ ਆਈ। ਉਹ ਕਹਿੰਦਾ ਇੰਨਾ ਚਿਰ ਮੈਂ ਗਧੇ ਦੇ ਗਲ ਦੇ ਵਿੱਚ ਲੰਘਦਾ ਸੀ ਪਰ ਗਧੇ ਵਾਲੇ ਨੂੰ ਨਹੀਂ ਪਤਾ ਕੀ ਚੀਜ਼ ਸੀ। ਉਹ ਇੰਨਾ ਚਿਰ ਮੈਨੂੰ ਬੇੜੀਆਂ ਵਾਲੇ ਲਟਕਾਈ ਰੱਖਿਆ, ਉਹਨੂੰ ਮੈਂ ਨਹੀਂ ਪਤਾ ਕੀ ਚੀਜ਼ ਸੀ। ਕਹਿੰਦਾ ਤੂੰ ਤਾਂ ਯੋਹਰੀ ਸੀ, ਤੈਨੂੰ ਤਾਂ ਪਤਾ ਮੇਰਾ ਮੁੱਲ ਕੀ ਸੀ, ਤੂੰ ਮੇਰਾ ਮੁੱਲ 300 ਰੁਪਈਆ ਪਾਇਆ। ਕਹਿੰਦੇ ਪੜ ਪੜ ਆਲੋ ਫਾਜ਼ਲ ਹੋਇਆ, ਕਦੇ ਆਪਣੇ ਆਪ ਨੂੰ ਫੜਿਆ ਹੀ ਨਹੀਂ। ਉਹ ਭੱਜ ਭੱਜ ਵੜਦਾ ਮੰਦਰ ਮਸੀਤੀ, ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ। ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ, ਕਦੀ ਨਫ਼ਜ਼ ਆਪਣੇ ਨਾਲ ਲੜਿਆ ਨਹੀਂ। ਕਹਿੰਦੇ ਬੁੱਲੇ ਸ਼ਾਹ, ਅਸਮਾਨੋਂ ਉੱਠਦਿਆਂ ਫੜਦਾ, ਜਿਹੜਾ ਘਰ ਬੈਠਾ ਉਹਨੂੰ ਤਾਂ ਫੜਿਆ ਹੀ ਨਹੀਂ ਹੋਇਆ। ਅਲਫੁੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਮੇਰੇ ਵਿੱਚ ਲਾਈ ਹੂ, ਨਫੀ ਅਸਮਾਨ ਚ ਦਾ ਪਾਣੀ ਮਿਲਿਆ, ਬੂਟੀ ਹਰ ਰੱਖੇ ਹਰ ਜਾਈ ਹੂ। ਜ਼ਿੰਦਗੀ ਚ ਪਹਿਲਾ ਚਾਂਸ ਆ, ਮੈਨੂੰ ਇਹਨਾਂ ਨੇ ਨੋਟ ਦਿੱਤਾ, ਬਾਪੂ ਦੇ ਨਾਮ ਤੇ ਤਾੜੀਆਂ ਲਾ ਦੋ, ਜਿਹਦਾ ਬਾਪੂ ਰਾਜੀ ਹੋਗਾ ਰੱਬ ਵੀ ਰਾਜੀ। ਅਲਫੁੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਮੇਰੇ ਵਿੱਚ ਲਾਏ ਹੂ, ਨਫੀ ਅਸਮਾਤ ਦਾ ਪਾਣੀ ਮਿਲਿਆ, ਬੂਟੀ ਹਰ ਲੰਗੇ ਹਰ ਜਾਈ ਹੂ। ਉਹ ਅੰਦਰ ਬੂਟੀ ਮਹਿਕ ਮਚਾਇਆ, ਮੇਰੀ ਜਾਨ ਫੁੱਲਣ ਭਰ ਆਈ ਹੂ। ਉਹ ਜਿਵੇਂ ਮੇਰਾ ਮੁਰਸ਼ਦ ਕਾਮਲ ਬਾਹੂ ਤੈਂ ਇਹ ਬੂਟੀ ਲਾਈ ਹੂ। ਆਪਣੇ ਆਪਣੇ ਗੁਰੂ ਦੇ ਨਾਂ ਤੇ ਤਾੜੀ ਲਾ ਦੇ। ਮੇਰੇ ਸਤਿਗੁਰਾਂ ਨੇ ਐਵੇਂ ਨੀ ਬਾਣੀ ਚ ਫਰਮਾਇਆ ਸੀ, ਉਹ ਇੱਕ ਵਾਰੀ ਉਹਨੂੰ ਇੱਥੋਂ ਯਾਦ ਤਾਂ ਕਰਕੇ ਦੇਖੋ। ਕਹਿੰਦਾ ਮੈਨੂੰ ਯਾਦ ਤਾਂ ਕਰਕੇ ਦੇਖ, ਜਰਾ ਤੇਰੇ ਨਾਲ ਖੜਾਂਗਾ ਮੈਂ, ਉਹ ਸਾਰੀ ਦੁਨੀਆਂ ਦੇ ਵਿੱਚ ਤੇਰੇ ਕੰਮ ਕਰਾਂਗਾ ਮੈਂ, ਮੈਨੂੰ ਯਾਦ ਤਾਂ ਕਰਕੇ ਦੇਖ, ਜਰਾ ਤੇਰੇ ਨਾਲ ਖੜਾਂਗਾ ਮੈਂ। ਐਵੇਂ ਨੀ ਸੰਤ ਕਬੀਰ ਦਾ ਵੀ ਲੜਕੀ ਦਾ ਵਿਆਹ ਹੋਇਆ, ਉਹਨੇ ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ। ਉਹ ਐਵੇਂ ਨੀ ਸੰਤ ਨਾਰਾਇਣ ਦਾ ਤੇ ਬਚਨ ਅਟਲ ਹੁੰਦੇ। ਕਿਉਂ ਹੁੰਦੇ ਆ? ਕਿਉਂਕਿ ਇਹਨਾਂ ਨੇ ਭਗਤੀਆਂ ਬਹੁਤ ਕੀਤੀਆਂ, ਰੱਬ ਨੂੰ ਤਾਂ ਆਪੇ ਲਾਉਣਾ ਪੈਣਾ। ਉਹ ਦੁਨੀਆਂ ਵਾਲਿਓ, ਜੇ ਜਗਰਾਤੇ ਕਰਾਉਣੇ ਆ, ਜਗਰਾਤੇ ਕਰਾਉਣ ਦਾ ਕੋਈ ਫਾਇਦਾ ਲਾਓ, ਜਾਗੋ ਵੀ ਤਾਂਹੀਓ ਜਗਰਾਤੇ ਕਰਾਉਣ ਦਾ ਫਾਇਦਾ ਹੈ। ਦੁਨੀਆਂ ਵਾਲਿਓ, ਸੈਨ ਭਗਤ ਹੋਇਆ, ਉਹਨੇ ਬਾਦਸ਼ਾਹ ਦੀ ਖਤਮ ਕਰਨ ਜਾਣਾ,
ਉਹ ਇੱਕ ਵਾਰੀ ਇੱਦਾਂ ਸਮਾਧੀ ਲਾ ਕੇ ਬਹਿ ਗਏ, ਨਾਗਾ ਪੈ ਗਿਆ, ਜਾ ਹੀ ਨਹੀਂ ਹੋਇਆ। ਜਦੋਂ ਦੂਸਰੇ ਤੀਸਰੇ ਦਿਨ ਸੈਨ ਭਗਤ ਜੀ ਗਏ ਬਾਦਸ਼ਾਹ ਦੀ ਕਟਿੰਗ ਕਰਨ, ਜਦੋਂ ਬਾਦਸ਼ਾਹ ਦੀ ਕਟਿੰਗ ਕੀਤੀ, ਰਾਜ ਨੇ ਆਪਣਾ ਮੁੱਖ ਵੇਖਿਆ, ਕਹਿੰਦੇ ਸੈਨ ਉਹ ਜਿਹਦੇ ਤੂੰ ਜਿਹਦੀ ਤੂੰ ਕੱਲ੍ਹ ਪਰਸੋਂ ਕਟਿੰਗ ਕਰਕੇ ਗਿਆ, ਅੱਜ ਉਹਦੇ ਨਾਲ ਦੀ ਨਹੀਂ ਕੀਤੀ। ਸੈਨ ਭਗਤ ਸੋਚਦੇ ਆ ਕਹਿੰਦੇ ਕੱਲ੍ਹ ਪਰਸੋਂ ਤਾਂ ਮੈਂ ਆਇਆ ਨਹੀਂ ਸੀ। ਆਕਾਸ਼ਬਾਣੀ ਹੋਈ, ਕਹਿੰਦੇ ਸੈਨ ਤੂੰ ਸਾਡੀ ਡਿਊਟੀ ਦੇ ਰਿਹਾ ਸੀ, ਅਸੀਂ ਤੇਰੀ ਡਿਊਟੀ ਦੇ ਗਏ ਸੀ ਆ ਕੇ ਤੇਰੇ ਰੂਪ ਦੇ ਵਿੱਚ। ਕਹਿੰਦੇ ਅਸੀਂ ਬਾਦਸ਼ਾਹ ਦੀ ਕਟਿੰਗ ਕਰਨ ਆ ਗਏ ਸੀ, ਉੱਥੇ ਉਹਨੇ ਕੰਘਾਂ ਦੀ ਕੈਂਚੀ ਰੱਖ ਦਿੱਤੀ, ਕਹਿੰਦਾ ਜਦ ਸਾਰੇ ਕੰਮ ਕਰਨੇ ਵਾਲਾ ਤੂੰ ਬੈਠਾ ਤਾਂ ਮੈਨੂੰ ਕੰਮ ਕਰਨੇ ਦੀ ਕੀ ਲੋੜ ਹੈ। ਰੱਬ ਕਹਿੰਦਾ ਇੱਕ ਵਾਰੀ ਯਾਦ ਤਾਂ ਕਰਕੇ ਦੇਖ, ਜਰਾ ਤੇਰੇ ਨਾਲ ਖੜਾਂਗਾ ਮੈਂ, ਉਹ ਸਾਰੀ ਦੁਨੀਆਂ ਦੇ ਵਿੱਚ ਤੇਰੇ ਕੰਮ ਕਰਾਂਗਾ ਮੈਂ। ਤੇ ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਸ਼ਕਤੀ ਨੂੰ ਦੇਖ ਕੇ, ਤਾਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਹੋ ਹੱਥ ਕਰਕੇ ਗੱਲ ਕਹੀ ਸੀ, ਕਹਿੰਦੇ ਜਿਹੜੇ ਲੋਕੀ ਮੈਨੂੰ ਕੱਲ ਨੀਚ ਨੀਚ ਕਹਿੰਦੇ ਸੀ, ਅੱਜ ਉਹੀਓ ਮੇਰੀ ਜੈ ਜੈਕਾਰ ਕਰਨਾ, ਮੈਨੂੰ ਹਾਥੀ ਤੇ ਬਿਠਾ ਰਹੇ ਆ, ਉਹ ਮੇਰੇ ਸਿਰ ਤੇ ਛਤਰ ਚਲਾ ਰਹੇ ਆ, ਇਹ ਪਰਮਾਤਮਾ ਤੇਰੇ ਬਿਨਾਂ ਕੌਣ ਕਰ ਸਕਦਾ। ਫੇਰ ਕਿਹਾ ਸੀ ਐਸੀ ਐਸੀ ਲਾ ਐਸੀ ਐਸੀ ਲਾ ਤੁਝ ਬਿਨ ਕੌਣ ਕਰੇ, ਐਸੀ ਐਸੀ ਲਾ ਤੁਝ ਬਿਨ ਕੌਣ ਕਰੇ, ਐਸੀ ਐਸੀ ਲਾ ਤੁਝ ਬਿਨ ਕੌਣ ਕਰੇ, ਤੁਝ ਬਿਨ ਤੁਝ ਬਿਨ ਤੁਝ ਬਿਨ ਤੁਝ ਬਿਨ ਤੁਝ ਬਿਨ ਕੌਣ ਕਰੇ, ਤੁਝ ਬਿਨ ਤੁਝ ਬਿਨ ਤੁਝ ਬਿਨ ਤੁਝ ਬਿਨ ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ ਕਰੇ, ਐਸੀ ਐਸੀ ਲਾ ਤੁਝ ਬਿਨ ਕੌਣ ਕਰੇ, ਗਲੀ ਬਨਾਜ ਗੁਸਿਆਂ ਮੇਰਾ, ਗਲੀ ਬਨਾਜ ਗੁਸਿਆਂ ਮੇਰਾ, ਮਾਥੇ ਬਿਨ ਕਰੇ ਤੁਝ ਬਿਨ ਕੌਣ ਕਰੇ, ਐਸੀ ਐਸੀ ਲਾ ਤੁਝ ਬਿਨ ਕੌਣ ਕਰੇ, ਐਸੀ ਐਸੀ ਜਾਕੀ ਸ਼ੋਤ ਜਗਤ ਕੋ ਲਾਗੇ, ਜਾਕੀ ਸ਼ੋਤ ਜਗਤ ਕੋ, ਜਾਕੀ ਸ਼ੋਤ ਜਗਤ ਕੋ ਲਾਗੇ, ਜਾਕੀ ਸ਼ੋਤ ਜਗਤ ਕੋ, ਤਾਂ ਕਰ ਤੂੰ ਹੀ ਕਰੇ ਤੁਝ ਬਿਨ ਕੌਣ ਕਰੇ, ਐਸੀ ਐਸੀ ਲਾ ਤੁਝ ਬਿਨ ਕੌਣ ਕਰੇ, ਐਸੀ ਐਸੀ ਲਾ ਤੁਝ ਬਿਨ ਕੌਣ ਕਰੇ, ਨੀਚ ਉੱਚ ਕਰੇ ਮੇਰਾ ਗੋਬਿੰਦ, ਨੀਚ ਉੱਚ ਕਰੇ, ਨੀਚ ਉੱਚ ਕਰੇ ਮੇਰਾ ਗੋਬਿੰਦ, ਨੀਚ ਉੱਚ ਕਰੇ, ਨੀਚ ਉੱਚ ਕਰੇ ਮੇਰਾ ਗੋਬਿੰਦ, ਨੀਚ ਉੱਚ ਕਰੇ, ਨੀਚ ਉੱਚ
ਨਾਨਕ ਪਾਤਸ਼ਾਹ ਤੇਰੇ ਚੋ ਜਨਿਆ ਬਾਰੇ ਉਤਾਰੇ ਪੜ੍ਹਨੇ ਤੇ ਜੋ ਬਾਣੀ ਹੁੰਦੇ
ਉਹਨਾਂ ਨੇ ਤੈਨੂੰ ਉਂਗਲ ਕਰ ਦਿੱਤੀ ਆ, ਉਹਨਾਂ ਦੇ ਵਿੱਚੋਂ ਦੋ ਚੋਰੇ ਤੈਨੂੰ ਆਂਡੀ ਲੈਣ ਵਾਸਤੇ ਆ ਗਏ,
ਘੇਰਿਆ ਆ। ਉਹ ਕਹਿੰਦੇ ਤੂੰ ਕਾਹਦੇ ਕਹਿੰਦਾ ਇਹਨੇ ਸਵਰਗਾਂ ਨੂੰ ਜਾਣਾ, ਕਹਿੰਦੇ ਮੈਂ ਇਸ ਕਰਕੇ ਕਹਿੰਦਾ ਜਿਹੜਾ ਸਾਰੀ ਦੁਨੀਆ ਦਾ ਵਾਲੀ ਸਾਰੀ ਦੁਨੀਆ ਦਾ ਕਰਤਾਰ ਉਹ ਖੁਦ ਰੱਬ ਪਰਮਾਤਮਾ ਆਇਆ, ਉਹਨੇ ਇਹਦੇ ਸੇਵਿਆਂ ਨੂੰ ਉਂਗਲ ਕਰ ਦਿੱਤੀ, ਇਹਨੇ ਬੜੇ ਪਾਪ ਕੀਤੇ ਸੀ ਪਰ ਹੁਣ ਇਹਦੇ ਸਾਰੇ ਪਾਪ ਕੱਟੇ ਗਏ, ਇਹਦੀ 84 ਕੱਟੀ ਗਈ, ਇਹ ਸਵਰਗਾਂ ਦਾ ਵਾਸੀ ਆ, ਇਹ ਸਵਰਗਾਂ 'ਚ ਜਾਊਗਾ। ਉਹ ਜਦੋਂ ਇਹਨਾਂ ਚੋਰਾਂ ਨੇ ਇਹ ਗੱਲ ਸੁਣ ਲਈ, ਉਹ ਪੈਰਾਂ 'ਚ ਚੱਪਣਾ ਵੀ ਉਹ ਨੰਗੇ ਪੈਰੀ ਦੌੜੇ ਜਾ ਕੇ ਪੈਰਾਂ 'ਚ ਪੈ ਗਿਆ, ਉਹ ਕਿਹਨਾਂ ਨੂੰ ਘੇਰਿਆ, ਉਹ ਇਹ ਤਾਂ ਰੱਬ ਆ। ਉਹ ਉਂਗਲ ਕਰਨ ਦੇ ਨਾਲ 84 ਕੱਟੀ ਗਈ, ਸਾਡੀ ਵੀ ਕੱਟ ਹੋ ਜਾਣੀ ਆ। ਤਾਂ ਗੁਰੂ ਨਾਨਕ ਮਹਾਰਾਜ ਨੇ ਉਹਨਾਂ ਦੇ ਸਿਰਾਂ 'ਤੇ ਹੱਥ ਰੱਖਿਆ, ਨਾਮ ਦਾਨ ਦਿੱਤਾ ਅਤੇ ਉਹਨਾਂ ਦੀ 84 ਕੱਟ ਦਿੱਤੀ। ਧੰਨ ਗੁਰ ਨਾਨਕ ਪਾਤਸ਼ਾਹੀ ਜਨਿਆਲੇ, ਮੈਨੂੰ ਫਰਮਾਇਸ਼ ਹੋਈ ਹੈ ਕਿ ਸੂਫੀਆਂ ਦਾ ਕਲਾਮ ਸੁਣਾਇਆ ਜਾਵੇ, ਤਾੜੀਆਂ ਲਾਓ ਇੱਕ ਵਾਰੀ ਸੂਫੀਆਂ ਦੀ। ਹਾਂਜੀ, ਗੌਸ ਪਾ 11ਵੇਂ ਵਾਲੇ ਪੀਰ ਦਾ ਸੁਣਾ ਦੀਏ ਜੀ, ਸੁਣਾ ਦੀਏ। ਇੱਕ ਵਾਰੀ ਤਾੜੀਆਂ ਲਾ ਦਿਓ ਆਪਾਂ ਜਿਹਦੇ ਨਾਂ ਤੇ ਆਲੋ ਮਾਮਨਾ ਜੀ ਸਾਨੂੰ ਕਹਿੰਦੇ, ਜ਼ਿੰਦਗੀ 'ਚ ਮੈਂ ਨਹੀਂ ਕਦੀ ਕਿਸੇ ਨੂੰ ਪੈਸਾ ਦਿੱਤਾ, ਇੱਕ ਪਹਿਲਾ ਇਨਸਾਨ ਤੂੰ ਆ ਪੁੱਤ, ਤੈਨੂੰ ਮੈਂ ਪੈਸਾ ਦਿੱਤਾ, ਮੈਨੂੰ ਕਹਿੰਦੇ ਅੱਜ ਮੋਹ ਲਿਆ ਤੂੰ। ਤਾੜੀਆਂ ਲਾ ਦੇਣਾ ਮਾਪਿਆਂ ਦੇ ਨਾਂ ਤੇ।
ਕਦੇ ਨਹੀਂ ਉਡੋਲਦਾ ਏ ਉਹ ਦੁਨੀਆ ਅੱਜ ਕਦੇ ਨਹੀਂ ਉਡੋਲਦਾ ਏ ਜਿਹਦੇ ਮੱਥੇ ਦੀ ਯਾਦ ਲਕੀਰ ਹੋਏ ਉਹਨੂੰ ਕੋਈ ਵੀ ਸਜ਼ਾ ਨਾ ਦੇ ਸਕਦਾ ਭਾਵੇਂ ਪਿਤਾ ਕੋਈ ਜੱਜ ਤੇ ਵਕੀਲ ਹੋਵੇ ਤੁਸੀਂ ਲੋਕੋ ਅਜ਼ਮਾ ਕੇ ਵੇਖ ਲਿਓ ਤੁਸੀਂ ਲੋਕੋ ਅਜ਼ਮਾ ਕੇ ਵੇਖ ਲਿਓ ਕਮਾਣ ਚੋਂ ਨਿਕਲਿਆ ਤੀਰ ਹੋਵੇ ਹੱਸਿਓ ਦਾ ਬਾਲ ਦੀਵਾਨੇ ਹੋ ਸਕਦਾ ਜਿਹਦੇ ਨਾਲ ਖੜਾਇਓ ਦਾ ਪੀਰ ਹੋਵੇ ਜਿਹੜੀ ਤੁਹਾਨੂੰ ਗੱਲ ਚੰਗੀ ਲੱਗਦੀ ਕਿ ਤਾੜੀ ਜ਼ਰੂਰ ਲਾਉਂਦੇ ਗਏ ਜਾਇਓ ਕਿਉਂਕਿ ਇਹ ਸਾਡੇ ਲਈ ਆਕਸੀਜਨ ਦਾ ਕੰਮ ਕਰਦੀਆਂ ਹਨ ਇੱਕ ਚੀਜ਼ ਮੈਂ ਤੁਹਾਨੂੰ ਹੋਣ ਲੱਗਾ ਸੁਣਾਉਣ ਜ਼ਰਾ ਸੁਣਿਓ ਧਿਆਨ ਦੇ ਨਾਲ ਹੁਣ ਸੂਫੀ ਕਿਤਾਬ ਖੁੱਲ ਗਈ ਆ ਆਪਣੇ ਬਾਗ ਦੇ ਵੇਲੇ ਵਿੱਚੋਂ ਉਹ ਆਪਣੇ ਯਾਰ ਦੇ ਵੇਲੇ ਵਿੱਚੋਂ ਤੂੰ ਬੇ ਪੁੱਟ ਪੁੱਟ ਖਾਈਏ ਸਭ ਕੁਝ ਮਾਲ ਹਵਾਲੇ
ਤੇ ਜਿੰਦੜੀ ਜਾਨ ਵੀ ਤੇਰੀ ਡਰ ਤੇਰੇ ਤੇ ਇਹ ਸੰਤ ਨਾਰਾਇਣ ਦਾਸ ਜੀ ਮਹਾਰਾਜ ਮੈਂ ਲੱਖਾਂ ਸੰਗਤਾਂ ਦਰ ਤੇ ਆਇਆ ਵੇ ਲੱਖਾਂ ਸੰਗਤਾਂ ਲੱਖਾਂ ਸੰਗਤਾਂ ਦਰ ਤੇ ਆਇਆ ਤੇ ਮੈਂ ਵੀ ਦਰ ਤੇ ਤਾੜੀਆਂ ਲਾਓ ਯਾਰ ਮੁੰਡੇ ਦੇ ਨਾਂ ਤੇ ਲਾਓ ਦਰ ਤੇ ਆਇਆ ਤੇ ਮੈਂ ਵੀ ਦਰ ਤੇ ਆਇਆ ਰੂਹ ਨੂੰ ਖੇਡਦਾ ਮੁੰਡਾ ਇਹ ਕਿਆਰੀਆਂ ਨੂੰ ਪਾਣੀ ਦੇਣ ਵਾਲਾ ਬੰਦਾ ਐਵੇਂ ਥੋੜੀ ਫੁੱਲ ਖੇਡਦੇ ਮਾਲੀ ਤੋਂ ਮਾਲੀ ਤੋਂ ਬਗੈਰ ਬਾਗ ਜ਼ਿਆਦਾ ਯਾਰ ਤਾੜੀਆਂ ਲਾ ਜਰਾ ਵੇ ਲੱਖਾਂ ਸੰਗਤਾਂ ਦਰ ਤੇ ਆਇਆ ਤੇ ਮੈਂ ਵੀ ਦਰ ਤੇ ਆਇਆ ਲੱਖਾਂ ਸੰਗਤਾਂ ਦਰ ਤੇ ਆਇਆ ਤੇ ਮੈਂ ਵੀ ਦਰ ਤੇ ਆਇਆ ਉਹ ਕਰ ਮੁਕਮਾ ਦੇ ਮੈਂ ਤੱਤੜੀ ਤੇ ਮੇਰੇ ਤਮੜੀ ਵਾਲੇ ਅਸਮਾਨ ਕਹਿੰਦੇ ਕਾਲੇ ਵਾਲ ਮੁਸਾਫਰ ਹੋਏ ਕਾਲੇ ਵਾਲ ਮੁਸਾਫਰ ਹੋਏ ਉਹਦੇ ਚਿੱਠੀਆਂ ਲਾ ਲੈ ਡੇਰੇ ਲੋਕੀ ਕਈ ਡਾਈਆਂ ਕਮਾ ਲੈਂਦੇ ਮੇਰੇ ਵਰਗੇ ਉਹ ਕਾਲੇ ਵਾਲ ਮੁਸਾਫਰ ਹੋਏ ਉਹਦੇ ਚਿੱਠੀਆਂ ਲਾ ਲੈ ਡੇਰੇ ਸੁਬਾ ਸਵੇਰੇ ਕਾਲੀਏ ਕੋਈ ਨੀ ਨਾ ਬੋਲ ਕਮਾਂ ਦੀ ਬੋਲੀ ਨੀ ਨਾ ਬਸ ਤੇਰੇ ਨਾ ਬਸ ਮੇਰੇ ਜੋ ਲਿਖਿਆ ਪੈਣਾ ਚੋਲੋ ਉਹੀ ਓ ਗੱਲ ਆ ਗਈ ਮੇਲਾ ਮੇਲਾ ਹਰ ਕੋਈ ਕਹਿੰਦਾ ਮੈਂ ਵੀ ਕਹਿੰਦਾ ਆ ਮੇਲਾ ਉਹ ਜਿਸ ਮੇਲੇ ਵਿੱਚ ਮੇਲੇ
ਗ੍ਰਹਿਣ ਲਾਲ ਦਾ ਮਾਤਾ ਦਾ ਮੇਲਾ ਲੱਗਿਆ, ਉਹ ਜਿਹਦੇ ਨਾਲ ਮੇਲਾ ਹੀ ਨਾ ਹੋਇਆ ਉਹ ਮੇਲਾ ਕਹਿੰਦਾ। ਮੋਤੀ ਚੋਕ ਜਿਨਾ ਦੀ ਹੋਵੇ ਤੇ ਉਹ ਨੀ ਚੁੱਕਦੇ ਦਾਣੇ, ਉਹ ਕਰਮ ਜਿਨਾ ਦੇ ਸਤਿਗੁਰ ਕਰਦੇ ਉਹ ਕਮਲੇ ਵੀ ਹੋਣ ਸੇ। ਕੱਚਾ ਰੰਗ ਲਲਾਰੀ ਵਾਲਾ ਤੇ ਚੜਦਾ ਲਹਿੰਦਾ ਰਹਿੰਦਾ, ਉਹ ਮੇਰੇ ਸਤਿਗੁਰ ਦਾ ਰੰਗ ਐਸਾ ਚੜਿਆ ਫੇਰ ਨੀ ਲਹਿੰਦਾ, ਉਹ ਮੇਰੇ ਸਤਿਗੁਰ ਦਾ ਰੰਗ ਐਸਾ ਇੱਕ ਵਾਰੀ ਚੜ ਜਾਵੇ ਮੁੜ ਕੇ ਨੀ ਲਹਿੰਦਾ। ਤਾੜੀਆਂ ਨਾਲ ਆਪਣੇ ਗੁਰੂਆਂ ਦੇ ਨਾਮ ਤੇ, ਤਾੜੀਆਂ ਵੀ ਆਪਣੇ ਗੁਰੂ ਨੂੰ ਭੁੱਲਿਆ ਨਾ, ਹੋਰ ਕਿਸੇ ਦੇ ਚੱਲੇ ਨਾ ਦੁਨੀਆਂ ਵਾਲਿਓ। ਅਮਲਾ ਵਾਲੇ ਲੰਘ ਲੰਘ ਜਾਂਦੇ, ਨਾਮ ਗਾਉਣ ਵਾਲੇ ਲੰਘ ਲੰਘ ਜਾਂਦੇ ਤੇ ਗਾਫਲ ਗੋਤੇ ਖਾਂਦੇ, ਉਹ ਨੀ ਡੁੱਬਦੇ ਮੁਹੰਮਦ ਬਖਸ਼ਾ ਉਹ ਮੁਰਸ਼ਦ ਜਿਨਾ ਦੇ, ਉਹ ਨੀ ਡੁੱਬਦੇ ਮੁਹੰਮਦ ਬਖਸ਼ਾ ਕਾਮਲ ਪੀਰ ਜਿਨਾ, ਬਾਗਾਂ ਵਿੱਚ ਮੋਰ ਹੋਵੇ ਨਰੈਣ ਦਾਸ ਮਹਾਰਾਜ ਜੀ, ਬਾਗਾਂ ਵਿੱਚ ਮੋਰ ਹੋਵੇ ਤੇਰੇ ਪਿੱਛੇ ਕਿਉਂ ਰੁੜੀਏ ਜਹਾਂ ਤੇਰੇ ਜਿਹਾ ਹੋਰ ਹੋਵੇ। ਤਾੜੀ ਨਾਲ ਰੱਬ ਨੀ ਵਿਕਦਾ ਹੱਟੀਆਂ ਤੇ, ਤੂੰ ਲੱਭਦੀ ਫਿਰੇ ਬਾਜ਼ਾਰ ਮੁੜੇ, ਇਹ ਖੇਲ ਹੈ ਮੇਰੇ ਸਤਿਗੁਰ ਦੀ ਨਾ ਐਵੇਂ ਟੱਕਰਾਂ ਮਾਰ। ਜੇ ਰੱਬ ਮਿਲਦਾ ਜੰਗਲ ਵੇਲੇ, ਜੇ ਰੱਬ ਮਿਲਦਾ ਜੰਗਲ ਵੇਲੇ, ਰੱਬ ਮਿਲਦਾ ਗਾਈਆਂ ਬੱਚੀਆਂ ਨੂੰ, ਜੇ ਰੱਬ ਮਿਲਦਾ ਨਾਤਿਆਂ ਤੋਤਿਆਂ, ਰੱਬ ਮਿਲਦਾ ਡੱਡੂ ਮੱਛੀਆਂ ਨੂੰ, ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਸਾਫ ਅੱਛੀਆਂ। ਇੱਕ ਗੱਲ ਹੋਰ ਵੀ ਆ, ਜੇ ਰੱਬ ਮਿਲਦਾ ਹੱਟੀਆਂ ਤੇ ਕੀ ਤੱਕੜੀ ਇਸ ਨੂੰ ਤੋਲ ਲੈਂਦੀ, ਜੇ ਰੱਬ ਮਿਲਦਾ ਹੱਟੀਆਂ ਤੇ ਕੀ ਤੱਕੜੀ ਇਸ ਨੂੰ ਤੋਲ ਲੈਂਦੀ, ਸਮਝੋ ਸੋਚ ਵਿਚਾਰ ਕਰੋ ਫਿਰ ਸਤਿਗੁਰ ਦੀ ਕਿਉਂ ਲੋੜ, ਫਿਰ ਸਤਿਗੁਰ ਦੀ ਕਿਉਂ ਲੋੜ ਪੈਂਦੀ। ਪਹਿਲਾਂ ਗੱਲ ਸੁਣ ਲਿਓ, ਜੇ ਤੁਹਾਨੂੰ ਚੰਗੀ ਲੱਗੀ ਤਾੜੀ ਲਾਇਓ, ਨਹੀਂ ਤਾਂ ਬੇਸ਼ੱਕ ਦੀ ਨਾ ਲਾਇਓ। ਪਹਿਲਾਂ ਸੁਣ ਲਓ ਕਿਹੜੀ ਗੱਲ ਹੈ। ਗੱਪੀ ਭਰੀ ਹੋਈ ਤੀ ਨਾ ਦੀ
ਚਲੀਏ ਸਾਡਾ ਨਰੈਣ ਦਾ ਸੱਜ ਲੱਗਿਆ ਤੇ ਸਾਨੂੰ ਲੋੜ ਨੀ ਵਕੀਲਾ ਕਰਦੇ ਵੀ ਤਾੜੀ ਲਾ ਜੇ ਪਹਿਲੋਂ ਸੁਣ ਲਓ ਕਿਹੜੀ ਕੋਠੇ ਉੱਤੇ ਮਾਰ ਬੋਲਦਾ ਪਿੰਡ ਚਾਲ ਕਲਾਂ ਦਾ ਵੀ ਨਾ ਬੋਲਦਾ ਇਹਨਾਂ ਨੇ ਵੀ ਆਪਣੀ ਕਲਾ ਪੇਸ਼ ਕਰ ਦਿੱਤੀ ਵਿੱਚ ਚਾਲ ਕਲਾਂ ਦਾ ਨਾ ਬੋਲਦਾ ਓ ਮੇਰੇ ਝੂਲੇ ਨਾਲ
ਗੱਲ